ਰਾਜਮਹਿਲ ਟੀਵੀ ਦੇ ਪ੍ਰੋਗਰਾਮ ਨਜ਼ਰੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਬਲਜੀਤ ਸਿੰਘ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਪਿਆਰੇ ਦਰਸ਼ਕੋ, ਆਪ ਨੂੰ ਯਾਦ ਹੋਵੇਗਾ ਕਿ ਪਾਰਲੀਮੈਂਟ ਦੇ ਬਾਹਰ ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਜਦੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਪਏ ਰੇੜਕੇ ਨੂੰ ਤੁਸੀਂ ਕਿਸ ਤਰ੍ਹਾਂ ਲਓਗੇ ਜਾਂ ਇਸਦਾ ਹੱਲ ਤੁਸੀਂ ਕਿਵੇਂ ਤਲਾਸ਼ ਕਰੋਗੇ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਨਹੀਂ, ਇਹ ਰੱਫੜ ਜਲਦੀ ਖਤਮ ਹੋ ਜਾਵੇਗਾ ਔਰ ਅਸੀਂ ਇਸ ਦਿਸ਼ਾ ਵਿੱਚ ਪੂਰੇ ਤਰ੍ਹਾਂ ਕੰਮ ਕਰ ਰਹੇ ਹਾਂ। ਤਾਂ ਨਤੀਜਾ ਇਹ ਹੋਇਆ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ, ਜਦਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗੀਆਂ ਵੱਲੋਂ ਬੜੀ ਮੁਖਾਲਫਤ ਕੀਤੀ ਗਈ। ਪਰ ਫਿਰ ਵੀ ਇਹ ਐਲਾਨ ਕਰ ਦਿੱਤਾ ਗਿਆ ਕਿ ਨਵਜੋਤ ਸਿੱਧੂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣਗੇ। ਆਪ ਨੂੰ ਯਾਦ ਹੋਵੇਗਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਸੀ ਜਿਹੜੇ, ਉਹ ਆਪਣੀ ਮਾਂ ਪਾਰਟੀ, ਆਪਣੀ ਪਹਿਚਾਣ, ਆਪਣਾ ਸਵਾਭਿਮਾਨ ਵਗੈਰਾ ਵਗੈਰਾ ਛੱਡ ਕੇ ਕਾਂਗਰਸ 'ਚ ਆ ਗਏ ਸਨ। ਪਰ ਬਹੁਤ ਸਾਰੇ ਜਿਹੜੇ ਕਾਂਗਰਸੀ ਸੀ, ਜਿਨ੍ਹਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਾਂਗਰਸ ਵਿੱਚ ਗੁਜ਼ਰੀ ਔਰ ਜਿਨ੍ਹਾਂ ਨੇ ਬੜਾ ਯੋਗਦਾਨ ਪਾਇਆ ਪਾਰਟੀ ਨੂੰ ਤਿਲ ਜਾਣ ਵਾਸਤੇ, ਹਰ ਕਸ਼ਮਕਸ਼, ਹਰ ਜੱਦੋ ਜਹਿਦ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ, ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਔਰ ਸੁਨੀਲ ਜਾਖੜ ਨੂੰ ਨਜ਼ਰਅੰਦਾਜ਼ ਕਰਕੇ ਹੁਣ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਇਹ ਗੱਲ ਤਾਂ ਪਹਿਲਾਂ ਹੀ ਸਿਆਸੀ ਮਾਹਰ ਮੰਨਦੇ ਸਨ ਕਿ ਜੇ ਨਵਜੋਤ ਸਿੱਧੂ, ਜਿਨ੍ਹਾਂ ਦੀ ਮੁਖਾਲਫਤ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਦੇ ਨੇ, ਤਾਂ ਇਹਦਾ ਮਤਲਬ ਇਹ ਹੈ ਕਿ ਸੱਤਾ ਦੇ, ਤਾਕਤ ਦੇ ਦੋ ਕੇਂਦਰ ਹੋ ਜਾਣਗੇ। ਇੱਕ ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਹੋਵੇਗਾ ਔਰ ਦੂਸਰਾ ਕੇਂਦਰ ਜਿਹੜਾ ਪਾਰਟੀ ਪ੍ਰਧਾਨ ਦਾ ਹੋਵੇਗਾ। ਨਵਜੋਤ ਸਿੱਧੂ ਪਾਰਟੀ ਪ੍ਰਧਾਨ ਵਜੋਂ ਹੁਣ ਜਿਹੜੀਆਂ ਗੱਲਾਂ ਕਰ ਰਹੇ ਨੇ, ਜਿਵੇਂ ਉਹ ਕਹਿੰਦੇ ਨੇ ਕਿ ਹਾਈਕਮਾਨ ਨੇ ਜਿਹੜਾ 18 ਨੂੰ ਕਾਤੀ ਜਿਹੜਾ ਪ੍ਰੋਗਰਾਮ ਦਿੱਤਾ, ਉਹਦੇ 'ਤੇ ਅਸੀਂ ਫੁੱਲ ਚੜਾਉਣੇ ਆ, ਉਹਨਾਂ ਨੂੰ ਅਸੀਂ ਅਮਲ 'ਚ ਲਿਆਉਣਾ ਔਰ ਉਸ ਦਿਸ਼ਾ 'ਚ ਅਸੀਂ ਕੰਮ ਕਰਨਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ 5 ਨੁਕਤੇ ਦਿੱਤੇ ਸੀ ਜਿਨ੍ਹਾਂ 'ਤੇ ਫੌਰੀ ਅਮਲ ਦੀ ਜ਼ਰੂਰਤ ਹੈ, ਔਰ ਕੈਪਟਨ ਅਮਰਿੰਦਰ ਸਿੰਘ ਦਾ ਉਹਦੇ ਜਵਾਬ ਸੀ ਕਿ ਇਹਦੇ 'ਚ ਕੋਈ ਸਾਨੂੰ ਦਿਸ਼ਾ ਨਿਰਦੇਸ਼ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਅਸੀਂ ਇਹਦੇ 'ਤੇ ਪਹਿਲਾਂ ਹੀ ਕੰਮ ਕਰ ਚੁੱਕੇ ਹਾਂ ਔਰ 96% ਵਾਅਦੇ ਜਿਹੜੇ ਅਸੀਂ ਕੀਤੇ ਸੀ ਲੋਕਾਂ ਨਾਲ ਉਹ ਅਸੀਂ ਪੂਰੇ ਕਰਤੇ, ਜਿਹੜੇ ਰਹਿ ਗਏ ਨੇ ਉਹ ਅਸੀਂ ਪੂਰੇ ਕਰ ਦੇਵਾਂਗੇ। ਔਰ ਸਾਨੂੰ ਕੋਈ ਇਸ ਤਰ੍ਹਾਂ ਦੱਸਣ ਦੀ ਜ਼ਰੂਰਤ ਨਹੀਂ ਕਿ ਇੰਨੇ ਨੁਕਤਿਆਂ 'ਤੇ ਕੰਮ ਕਰੋ ਜਾਂ ਇਹਨਾਂ ਨੁਕਤਿਆਂ 'ਤੇ ਕੰਮ ਕਰੋ। ਹੁਣ ਗੱਲ ਇਹ ਹੈ ਕਿ ਪ੍ਰਧਾਨ ਲੋਕਾਂ ਨਾਲ ਵੱਖਰੇ ਵਾਅਦੇ ਕਰ ਰਿਹਾ, ਉਹ ਵੱਖਰੇ ਤਰੀਕੇ ਨਾਲ ਮੀਟਿੰਗਾਂ ਕਰਦਾ, ਪਰ ਉਹਦੇ ਹੱਥ ਬਸ ਕੁਛ ਨਹੀਂ ਹੈ ਔਰ ਉਹ ਆਪਣੇ ਆਪ ਨੂੰ ਉਹ ਦਰਸਾ ਰਿਹਾ ਕਿ ਜਿਵੇਂ ਉਹ ਪੰਜਾਬ ਦਾ ਭਾਵੀ ਮੁੱਖ ਮੰਤਰੀ ਹੈ ਔਰ ਇਹ ਕਹਿ ਰਿਹਾ ਕਿ ਹੁਣ ਜਦੋਂ ਕਾਂਗਰਸ ਦੀ ਸਰਕਾਰ ਬਣੀ, ਇਹਦਾ ਮਤਲਬ ਇਹ ਹੈ ਕਿ ਹੁਣ ਕਿਹਦੀ ਸਰਕਾਰ ਹੈ। ਲੋਕ ਤਾਂ ਮਖੌਲ ਕਰਦੇ ਆ, ਕਹਿੰਦੇ ਵੀ ਹੁਣ ਤੂੰ ਕਹਿ ਰਿਹਾ ਕਿ ਕਾਂਗਰਸ ਦੀ ਜਦੋਂ ਸਰਕਾਰ ਬਣੀ, ਕਹਿੰਦਾ ਹੁਣ ਨੀਟੂ ਸ਼ਟਰਾਂ ਵਾਲੀ ਸਰਕਾਰ ਹੈ, ਹੁਣ ਵੀ ਕਾਂਗਰਸ ਦੀ ਸਰਕਾਰ ਹੈ। ਜੇ ਕਾਂਗਰਸ ਦੀ ਸਰਕਾਰ ਹੈ ਤਾਂ ਫਿਰ ਤੂੰ ਉਹ ਗੱਲਾਂ ਕਿਉਂ ਕਰਦਾ ਕਿ ਫਿਊਚਰ 'ਚ ਵਾਅਦੇ ਕੀਤੇ ਜਾਣਗੇ ਪੂਰੇ, ਤੂੰ ਹੁਣੇ ਕਰ ਲੈ। ਜਦੋਂ ਤੈਨੂੰ ਬਿਜਲੀ ਮਹਿਕਮਾ ਦਿੱਤਾ ਗਿਆ ਸੀ ਉਦੋਂ ਤੂੰ ਪੁਣੀ ਨਹੀਂ ਕੱਤੀ, ਤੂੰ ਭੱਜ ਗਿਆ ਔਰ ਹੁਣ ਤੂੰ ਕਹਿਣਾ ਬਿਜਲੀ 'ਤੇ ਅਸੀਂ ਸਬਸਿਡੀ ਦੇਵਾਂਗੇ, ਆਹ ਕਰਾਂਗੇ, ਅਸੀਂ ਉਹ ਕਰਾਂਗੇ, ਬਿਜਲੀ ਸਮਝੌਤੇ ਅਸੀਂ ਵਿਧਾਨ ਸਭਾ 'ਚ ਰੱਦ ਕਰਾਂਗੇ। ਇਹ ਤੇਰੇ ਕਹਿਣ ਨਾਲ ਤਾਂ ਰੱਦ ਨਹੀਂ ਹੋਣੇ। ਹੁਣ ਇਹ ਹੈ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਵਕਾਰ ਹੈ ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਉਹਦੀਆਂ ਬੇਤਰਕ ਗੱਲਾਂ ਨੇ ਔਰ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਜਿਹਦੀ ਭਾਸ਼ਣਬਾਜ਼ੀ ਦੇ ਵਿੱਚ ਕਦੇ ਵੀ ਕੋਈ ਸੰਜੀਦਗੀ ਵੇਖਣ ਨੂੰ ਨਹੀਂ ਮਿਲੀ ਔਰ ਜਿਹੜੇ ਬੜੀਆਂ ਘਟੀ ਕਿਸਮ ਦੇ ਸ਼ੇਰ ਪੜ੍ਹਦਾ, ਘਟੀਆ ਕਿਸਮ ਦੀ ਤੁਕਬੰਦੀ ਕਰਦਾ, ਘਟੀਆ ਕਿਸਮ ਦੀਆਂ ਕਵਿਤਾਵਾਂ ਪੜ੍ਹਦਾ ਔਰ ਜਦੋਂ ਵੀ ਮੰਚ 'ਤੇ ਉਹ ਆਉਂਦਾ ਹੈ ਹੱਥਾਂ ਨੂੰ ਥੁੱਕ ਲਾ ਕੇ ਫਿਰ ਚੜ੍ਹਦਾ ਉਸ ਸਟੇਜ ਦੇ ਉੱਤੇ, ਪਤਾ ਨਹੀਂ ਉਹਨੂੰ ਇਹ ਕਿਹੜੇ ਬੂਬਨੇ ਨੇ ਦੱਸਿਆ ਹੋਇਆ, ਜਿਹੜਾ ਬੰਦਾ ਅੰਧ ਵਿਸ਼ਵਾਸੀ ਹੈ, ਜਿਹੜਾ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਦੀ ਗੱਲ ਕਰਦਾ ਔਰ ਆਪ ਸ਼ਬਦ ਗੁਰੂ 'ਚ ਵਿਸ਼ਵਾਸ ਨਹੀਂ ਕਰਦਾ, ਉਹਦੇ 'ਤੇ ਫਿਰ ਲੋਕ ਕਿਵੇਂ ਵਿਸ਼ਵਾਸ ਕਰਨਗੇ। ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਸੋਲਿਡ ਫੁੱਟ ਦੇ ਨੇ ਔਰ ਇਹ ਸਮਝਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਤੱਕ ਕੋਈ ਐਸੀ ਫੂਹੜ ਬਿਆਨਬਾਜ਼ੀ ਨਹੀਂ ਕੀਤੀ ਜਿਹਨੂੰ ਵੇਖ ਕੇ ਉਹ ਲੱਗਦਾ ਹੋਵੇ ਕਿ ਉਹਨਾਂ ਨੇ ਲੋਕਾਂ ਨੂੰ ਕੋਈ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿਸੇ ਜਜ਼ਬਾਤੀ ਰੌਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੂੰ ਧਰਮ ਦੇ ਨਾਂ 'ਤੇ ਮਤਲਬ ਕੋਈ ਨਾ ਕੋਈ ਚੋਗਾ ਪਾਉਣ ਦੀ ਕੋਸ਼ਿਸ਼, ਇਸ ਤਰ੍ਹਾਂ ਦਾ ਕੁਛ ਨਹੀਂ ਕੀਤਾ ਉਹਨਾਂ ਨੇ। ਜੋ ਕਹਿ ਰਹੇ ਨੇ ਉਹ ਕਹਿੰਦੇ ਠੀਕ ਹੈ, ਮੈਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ 40 ਦਿਨਾਂ 'ਚ ਖਤਮ ਕਰਾਂਗੇ। ਪਰ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਇਹਦੇ 'ਚ ਕਿਸ ਤਰ੍ਹਾਂ ਦੀਆਂ ਪੇਚੀਦਗੀਆਂ ਨੇ, ਇਹਦੇ 'ਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਔਰ ਸਾਰੀਆਂ ਸਰਕਾਰਾਂ ਸਾਰੇ ਵਾਅਦੇ ਪੂਰੇ ਕਦੇ ਨਹੀਂ ਕਰ ਸਕੀਆਂ ਔਰ ਉਹੀ ਹੈ ਕਿ ਇਹਨਾਂ ਨੇ ਵੱਧ ਤੋਂ ਵੱਧ ਕੀਤੇ ਨੇ। ਬਾਕੀ ਇਹ ਲੋਕਾਂ ਨੇ ਦੱਸਣਾ ਕਿ ਸਰਕਾਰ 2022 'ਚ ਕਿਹਦੀ ਬਣਦੀ ਹੈ ਜਾਂ ਕਿਹਦੀ ਨਹੀਂ ਬਣਦੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ। ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ 'ਤੇ ਜਿਹੜੇ ਲਿੰਕਸ ਹੇਠਾਂ ਡਿਸਪਲੇ ਹੋ ਰਹੇ ਨੇ ਉਹਨਾਂ 'ਤੇ ਸਾਡੇ ਨਾਲ ਸਾਂਝ ਪਾਓ ਔਰ ਰਾਜਮਹਿਲ ਟੀਵੀ ਦੇ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।